ਕਿਉਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਵੀ ਸੱਚ ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋ ਹੇ ਤਾਂ ਇੱਕ ਨਾ ਚੱਲੈ ਨਾਲ ਕੇਵ ਸਚਿਆਰਾ ਹੋਈਐ ਕੇਵ ਕੂੜਾ ਤੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ ਸਿੱਖ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀਸਾਣ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਰਾ ਕਥੀ ਨਾ ਆਵੈ ਤੋਟ ਕਾਥੇ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਵ ਅਪਾਰ ਆਖੈ ਮੰਗੈ ਦੇਹ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀ ਐ ਜਿਤ ਦੁਸੈ ਦਰਬਾਰ ਮੁਹਾਉ ਕੇ ਬੋਲਣ ਬੋਲੀ ਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਆ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨੋ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾਏ ਕੁਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਹਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਹਾਏ ਕਰੀ ਜੇਤੀ ਸੇਠੋ ਪਾਈ ਵੇਖਾ ਵਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ
ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚਲੈ ਸਭ ਕੋਏ ਚੰਗਾ ਨਾਮ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਤਰੇ ਨਾਨਕ ਨਿਰਗੁਣੇ ਗੁਣ ਕਰੇ ਗੁਣਵੰਤਿਆਂ ਗੁਣ ਦੇ ਤਿਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸੁਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਹੋ ਸੁਣਿਆ ਦੂਖ ਪਾਪ ਕਾ ਨਾਸ ਹੋ ਸੁਣਿਆ ਈਸ਼ਵਰ ਵਰਮਾ ਇੰਦੋ ਸੁਣਿਆ ਮੁਖਸਾ ਲਾਹਣ ਮਨ ਦੋ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਹੋ ਸੁਣਿਆ ਦੂਖ ਪਾਪ ਕਾ ਨਾਸ ਹੋ ਸੁਣਿਆ ਸਤ ਸੰਤੋਖ ਗਿਆਨ ਹੋ ਸੁਣਿਆ ਅਠ ਸੜਕਾ ਇਸਨਾਨ ਹੋ ਸੁਣਿਆ ਪੜ ਪੜ ਭਾਵ ਹੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਹੋ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਹੋਵੈ ਅਸਗਾਹ ਨਾਨਕ ਭਗਤਾਂ ਸਦਾ ਵਿਗਾਸ ਹੋ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਕਾਗਦ ਕਲਮ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਹੈ ਮੰਨੈ ਸਗਲ ਭੁਣ ਕੀ ਸੁਧ ਹੈ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤਸਿਓ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇ ਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨੈ ਪਾਵ ਹੈ ਮੋਖ ਦੁਆਰ ਮੰਨੈ ਪਰਵਾਰ ਹੈ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਪੰਜ ਪ੍ਰਮਾਣ ਪੰਜ ਪ੍ਰਧਾਨ ਪੰਚੇ ਪਾਵ ਹੈ ਦਰਗਹਿ ਮਾਨ ਪੰਚੇ ਸੋਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਧੌਲ ਧਰਮ ਦਿਆ ਕਾ ਪੂਤ ਸੰਤੋਖ ਤਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਧਵਲੈ ਉੱਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰਤ ਲੈ ਕਵਣ ਜੋਰ ਜੀ ਜਾਤ ਨੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਹੇ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲਿਆ ਰੂਪ ਕੇਤੀ ਦਾਤ ਜਾਣਾ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਇਸ ਤੇ ਹੋਏ ਲੱਖ ਦਰੀ ਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮਹ ਭਗਸਾਰ ਅਸੰਖ ਮੌਨ ਲੇ ਵਿਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੈ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵੈ ਏਕ ਵਾਰ ਜੋ ਤੁਧ ਭਾਵੈ ਸਾਈ ਭਲੇਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜੇ ਫਰਮਾਏ ਤਿਵ ਤੇ ਪਾਹੇ ਜੇ ਤਾਂ ਕੀਤਾ ਤੇ ਤਾਂ ਨਾ ਹੋ ਵਿਣ ਨਾ ਵੈ ਨਾ ਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮ ਨਿਰੰਕਾਰ।
ਭਰੀਆ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰੋ ਸੋਖੇ ਹੈ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਆ ਮਤ ਪਾਪਾਂ ਕਾ ਸੰਗ, ਉਹ ਧੋਪੈ ਨਾਵੈ ਕੈ ਰੰਗੇ, ਪੁੰਨੀ ਪਾਪੀ ਆਖਣ ਨਾਹ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ, ਤੀਰਥ ਤਪ ਦਇਆ ਦਤ ਦਾਨੋ, ਜੇ ਕੋ ਪਾਵੈ ਤਿਲ ਕਾ ਮਾਨੋ, ਸੁਣਿਆ ਮੰਨਿਆ ਮਨ ਕੀਤਾ ਪਾਉ, ਅੰਤਰਗਤ ਤੀਰਥ ਮਲ ਨਹਾਉ, ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ, ਕਵਣ ਸੋ ਵੇਲਾ ਵਕਤ ਕਵਣ, ਕਵਣ ਥਿੱਤੇ ਕਵਣ ਵਾਰੋ, ਕਵਣ ਸੇ ਰੁੱਤੀ ਮਾਹੋ, ਕਵਣ ਜਿਤ ਹੋਆ ਆਕਾਰੋ, ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਣ, ਥਿਤ ਵਾਰ ਨਾ ਯੋਗੀ ਜਾਣੈ, ਰੁੱਤ ਮਾਹੋ ਨਾ ਕੋਈ, ਜਾ ਕਰਤਾ ਸੇਠੀ ਕਉ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾਂ ਕਿਵ ਸਲਾਹੀ, ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ, ਨਾਨਕ ਜੇ ਕੋ ਆਪਾਉ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ, ਆਗਾਸ ਆਇਆ ਆਗਾਸ, ਓੜ ਕੋੜ ਭਾਲ ਥੱਕੇ, ਵੇਦ ਕਹਿਣ ਇੱਕ ਵਾਤ, ਸਹਸ ਅਠਾਰਹ ਕਹਿਣ ਕਿਤੇਬਾ, ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਵਿਨਾਸ਼, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾਹੀ ਸਾਲਾਹੀ ਇਤੀ ਸੁਰਤ ਨਾ ਪਾਈਆ, ਨਦੀਆਂ ਤੈ ਵਾਹ ਪਵੈ ਸਮੁੰਦ ਨਾ ਜਾਣੀਆਂ ਹੈ, ਸਮੁੰਦ ਸਾਹ ਸੁਲਤਾਨ, ਗ੍ਰਹਿ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨੋ ਨਾ ਵਿਸਰੈ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਹਾ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ, ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ, ਇਹ ਵੜ ਉੱਚਾ ਹੋਵੈ ਕੋਏ, ਤਿਸ ਉੱਚੇ ਕਹੋ ਜਾਣੈ ਸੋਏ, ਜੇ ਵੜ ਆਪ ਜਾਣੈ ਆਪੇ, ਨਾਨਕ ਨਦਰੀ ਕਰਮੀ ਦਾਤੇ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤੇਲ ਨਾ ਤਮਾਏ, ਕੇਤੇ ਮੰਗੈ ਜੋਗ ਦਾ ਪਾਰ, ਕੇਤਿਆ ਗਣਤ ਨਹੀਂ ਵਿਚਾਰ, ਕੇਤੇ ਖਪ ਟੁੱਟੈ ਬੇਕਾਰ, ਕੇਤੇ ਲੈ ਲੈ ਮੁੱਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ, ਕੇਤਿਆ ਦੁਖ ਭੂਖ ਸਦਮਾਰ, ਇਹ ਪੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੈ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੈ ਜੇਤੀਆਂ ਮੋਏ ਖਾਏ, ਆਪੇ ਜਾਣੈ ਆਪੇ ਦੇਹ, ਆਖੈ ਸੇ ਪੇ ਕੇਈ ਕੇ, ਜਿਸ ਨੋ ਬਖਸੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਅਮੁੱਲ ਆਵਹਿ ਮੁੱਲ ਲੈ ਜਾਹ, ਅਮੁੱਲ ਪਾਏ ਮੁੱਲ ਅਸਮਾਹੇ, ਅਮੁੱਲ ਧਰਮ ਮੁੱਲ ਦੀਵਾਣ, ਅਮੁੱਲ ਤੁਲ ਅਮੁੱਲ ਪ੍ਰਵਾਣ, ਅਮੁੱਲ ਬਖਸ਼ੀਸ ਮੁੱਲ ਨੀਸਾਣ, ਅਮੁੱਲ ਕਰਮ ਅਮੁੱਲ ਫੁਰਮਾਣ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ, ਆਖੈ ਵੇਦ ਪਾਠ ਪੁਰਾਣ, ਆਖੈ ਪੜ੍ਹੇ ਕਰਹਿ ਵਖਿਆਣ, ਆਖੈ ਬਰਮੇ ਆਖੈ ਇੰਦ, ਆਖੈ ਗੋਪੀ ਤੈ ਗੋਬਿੰਦ, ਆਖੈ ਈਸ਼ਰ ਆਖੈ ਸਿੱਧ, ਆਖੈ ਕੇਤੇ ਕੀਤੇ ਬੁੱਧ, ਆਖੈ ਦਾਨਵ ਆਖੈ ਦੇਵ, ਆਖੈ ਸੁਰ ਨਰ ਮੁਨ ਜਨ ਸੇਵ, ਕੇਤੇ ਆਖੈ ਆਖਣ ਪਾਹੇ, ਕੇਤੇ ਕਹਿ ਕਹਿ ਉਠ ਉਠ ਜਾਹੇ, ਕੇਤੇ ਕੀਤੇ ਹੋਰ ਕਰੇਹ, ਤਾਖ ਨਾ ਸਕੈ ਕੇਈ ਕੇ, ਜੇਵੜ ਪਾਵੈ ਤੇਵੜ ਹੋਏ, ਨਾਨਕ ਜਾਣੈ ਸੱਚਾ ਸੋਏ, ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾ ਵਾਰਾ ਗਾ ਵਾਰ, ਸੋ ਦਾਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਨਾਦਾਂ ਨੇਕ ਅਸੰਖਾ, ਕੇਤੇ ਵਾਵਣ ਹਾਰੇ, ਕੇਤੇ ਰਾਗ ਭਰੀ ਸਿਉ ਕਈਨ, ਕੇਤੇ ਗਾਵਣ ਹਾਰੇ, ਗਾਵੈ ਤੋਨੋ ਪੌਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿੱਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ,
ਗਾਵੈ ਈਸ਼ਰ ਬਰਮਾ ਦੇਵੀ ਸੋਨ ਸਦਾ ਸਵਾਰੇ ਗਾਵੈ ਇੰਦੇ ਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨੋ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੈ ਜੋਧ ਮਹਾਂ ਬਲਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧਨੋ ਗਾਵੈ ਜੋਤ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿੱਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਇ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਾਹਾ ਪਾਤਸ਼ਾਹਿਬ ਨਾਨਕ ਰਹਿਣ ਰੁਜਾਈ ਮੁੰਦਾ ਸੰਤੋਖ ਸਰਮਪਦ ਝੋਲੀ ਧਿਆਨ ਕੀ ਕਰੈ ਵਿਭੂਤ ਚਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੋਇ ਕਾਰ ਚਲਾਵੈ ਲੇਖੇ ਆਵੈ ਭਾਗ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵਤ ਸੁਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦਰ ਨ ਆਵੈ ਬਹੁਤਾ ਇਹੋ ਵਿਡਾਣ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਇੱਕ ਦੂਜੀ ਬਹੁ ਲੱਖ ਹੋਹੈ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਇਹ ਤੁਰਾਹੇ ਪਤ ਪਵੜੀਆ ਚੜੀਆ ਹੋਏ ਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਣ ਨਦਰੀ ਕਰਮ ਪਵੈ ਨੀਸਾਣ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾ ਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਕੜੀਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਟ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਦਾ ਕੀ ਸੁਧ
ਕਰਮਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਬਲ ਸੂਰ, ਤਿਨ ਮੈਂ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮੈਂ ਮਮਾਹੇ, ਤਾ ਕੇ ਰੂਪ ਨਾ ਕਥਨੇ ਜਾਹੇ, ਨਾ ਓਹੇ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਕੇ ਲੋ, ਕਰੈ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ, ਤਿੱਥੈ ਲੋ ਅਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਾਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ, ਪਾਉ ਖੱਲਾ ਅਗਨ ਤਪਤਾਓ, ਭਾਂਡਾ ਪਾਉ ਅੰਮ੍ਰਿਤੋ ਤਿਤਾਲ, ਘੜੀਆ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਕਲ ਜਗਤ, ਚੰਗੇ ਆਈਆ ਬੁਰੇ ਆਈਆ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਅਰਦਾਸ ਹਮਾਰੀ ਸਵਾਮੀ, ਇਹ ਅਰਦਾਸ ਹਮਾਰੀ ਸਵਾਮੀ, ਵਿਸਰ ਨਾਹੀਂ ਸੁਖ ਦਾਤੇ, ਵਿਸਰ ਨਾਹੀਂ ਸੁਖ ਦਾਤੇ, ਇਹ ਅਪਾਰ ਅਤ ਉੱਚਾ ਤੂੰ ਅਥਾ, ਅਪਾਰ ਅਤ ਉੱਚਾ, ਕੋਈ ਅਵਰ ਨਾ ਤੇਰੀ ਥਾਂ ਤੇ, ਕੋਈ ਅਵਰ ਨਾ ਤੇਰੀ ਥਾਂ ਤੇ, ਇਹ ਅਰਦਾਸ ਜਿਸਨੂੰ
ਸਾਈ ਭਗਤ ਜੋ ਤੁਧ ਪਾਵੈ, ਸਾਈ ਭਗਤ ਜੋ ਤੁਧ ਪਾਵੈ, ਤੂੰ ਸਰਬ ਜੀਆਂ ਪ੍ਰਤ ਪਾਲਾ, ਤੂੰ ਸਰਬ ਜੀਆਂ ਪ੍ਰਤ ਪਾਲਾ, ਤੂੰ ਸਰਬ ਇਹ ਅਰਦਾਸ ਹਮਾਰੀ ਸੁਆਮੀ, ਇਹ ਅਰਦਾਸ ਹਮਾਰੀ ਸੁਆਮੀ, ਵਿਸਰ ਨਹੀਂ ਸੁਖਦਾਤੇ, ਵਿਸਰ ਮੇਰੇ ਰਾਮ ਰਾਏ, ਸੰਤਾਂ ਟੇਕ ਤੁਮਾਰੀ, ਸੰਤਾਂ ਟੇਕ ਤੁਮਾਰੀ, ਜੋ ਤੁਧ ਪਾਵੈ ਸੋ ਪਰਵਾਨ, ਜੋ ਤੁਧ ਪਾਵੈ ਸੋ ਅਰਦਾਸ ਹਮਾਰੀ ਸੁਆਮੀ।
ਜਿਤ ਵਿਸਰੇ ਨਾਹੀ ਸਾਮਤ ਦੀਜੇ ਜਿਤ ਤੁਦ ਤੇ ਆਈ ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਮਹਾਰਾਜ ਹਮੇ ਸਿਖਾ ਰਹੇ ਕਿ ਗੁਰੂ ਸੇ ਮੰਗਣਾ ਕਿਆ ਹੈ। ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ। ਸਾਹ ਬੁੱਧ ਦੀਜੈ ਜਿਤ ਵਿਸਰੇ ਨਾਹੀ, ਮੁਝੇ ਐਸੀ ਬੁੱਧੀ ਦੇ ਦੇ, ਐਸੀ ਗਿਆਨ ਦੇ ਦੇ ਕਿ ਮੈਂ ਤੁਝੇ ਭੁੱਲੂ ਨਾ। ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ। ਸਾ ਮਤ ਦੇ ਜੇ ਜਿਤ ਤੁਦ ਤੇ ਆਏ, ਔਰ ਐਸੀ ਮਤ ਦੇ ਦੇ, ਐਸਾ ਗਿਆਨ ਦੇ ਦੇ, ਸੁਮਤ ਦੇ ਦੇ ਜਿਤ ਤੁਦ ਧਿਆਈ। ਧਿਆਨ ਕਹਿਤੇ ਸਿਮਰਨ ਕੋ। ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ ਕਿ ਮੈਂ ਤੁਝੇ ਸਿਮਰਤਾ ਹੀ ਰਹੂੰ, ਇੱਕ ਪਲ ਕੇ ਲਈ ਵੀ ਤੁਝੇ ਨਾ ਭੁੱਲੂੰ। ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ। ਕਿਤਨੀ ਬੜੀ ਦਾਤ ਮੰਗੀ, ਸਾਸ ਸਾਸ ਤੇਰੇ ਗੁਣ ਗਾਵਾਂ, ਓਟ ਨਾਨਕ ਗੁਰੂ ਚਰਨਾ ਜੀਓ, ਤੇਰੇ ਚਰਨੋਂ ਮੈਂ ਬੈਠ ਕੇ, ਮੁਝੇ ਚਰਨੋਂ ਕਾ ਆਸਰਾ ਦੇ, ਤਾਂ ਕਿ ਤੇਰੇ ਚਰਨੋਂ ਮੈਂ ਬੈਠ ਕੇ ਮੈਂ ਸਵਾਸ ਸਵਾਸ ਤੇਰਾ ਸਿਮਰਨ ਕਰੂੰ। ਪਿਆਰ ਸੇ ਬੋਲੀਓ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਕੱਲ ਵੀ ਹਮਾਰੀ ਇਹ ਬਾਤ ਹੋਈ ਥੀ,
मांगते हम भी हैं, पर मांगना क्या है वो गुरु सिखा रहा है। बिहार से बोलिए धन गुरु नानक। बाबा नंद सिंह जी के वचन, हम सुखों के पीछे भागते हैं पर सुख छिपा है नाम के भीतर। बिहार से बोलिए धन गुरु नानक। उदाहरण दिया करते थे, अपने साय को पकड़ने की कोशिश करोगे साया आगे भागेगा, हाथ में नहीं आएगा। साया आगे आगे, हम पीछे पीछे, कभी हाथ में नहीं आएगा। भाव सुखों के पीछे भागोगे सुख कभी हाथ में आते ही नहीं। प्यार से बोलिए धन गुरु नानक। जिस चीज को हम सुख समझ के हाथ डालते हैं वो दुख निकलता है थोड़ी देर बाद। होता है कि नहीं होता ऐसे? प्यार से बोलिए धन गुरु नानक। चाहे कोई भी चीज ले लो, आज सुख लगता है कल वही दुख निकल आता है। प्यार से बोलिए धन गुरु नानक। कोई भी चीज ले, इसलिए तो कहे विण तुद होर जे मंगना सिर दुखा के, सिर दुखा के दुख दे नाम संतोखिया उतरे मन की भूख। प्यार से बोलिए धन गुरु नानक। मन की भूख मर जाए मेरी, मिट जाए, नाम दे दे। बाबा नंद सिंह जी समझाते थे, साय को पकड़ने जाओगे साय हाथ में नहीं आएगा, क्या करें? कि साय हमारे पीछे आ जाए, सुख हमारे पीछे पीछे आए, क्या करें? कहते सूरज की तरफ मुख कर ले, तेरा मुंह सूरज की तरफ होगा साया तेरे पीछे आ जाएगा। प्यार से बोलिए धन गुरु नानक। भाव गुरु नानक की तरफ मुख कर ले, नाम की तरफ मुख कर ले, सारे सुख तेरे पीछे आएंगे। प्यार से बोलिए धन गुरु नानक, धन गुरु नानक। हम पदार्थ मांगते हैं, पदार्थों में निकलता है आज सुख लगता है कल निकलता है दुख। नाम मांग लिया सुख ही सुख। प्यार से बोलिए धन गुरु नानक, धन गुरु नानक। सा बुद्ध दीजे जित विसरे नाही, सा मत दीजे जित तुद त्याई। इस पूरे शब्द में अगर शॉर्ट में इसको समझना हो ब्रीफली, तो कि तेरा दिया हुआ पहनता हूँ, तेरा दिया हुआ खाता हूँ, तेरा दिया हुआ सब कुछ है, पर मैं मूर्ख तुझे भूल जाता हूँ। प्यार से बोलिए धन गुरु नानक। हे वाहेगुरु कृपा कर, तरस कर, सा बुद्ध दीजे जित विसरे नाही, तू तरस कर मुझ पे, अपने चरणों में स्थान दे और इस मत दे दे, ये ज्ञान दे दे, ये बुद्धि दे दे कि मैं तुझे भूलू नहीं, तेरा सिमरन करता रहूं। प्यार से बोलिए धन गुरु नानक, तेरा शुक्राना करता रहूं। एक छोटी सी पॉइंट समझनी पड़ेगी, छोटा सा पॉइंट, एक बात यह समझनी पड़ेगी, सुख है कहाँ? प्यार से बोलिए धन गुरु नानक। हम लोग जाते हैं हिल स्टेशन पर घूमने, मन को रिफ्रेश करने। प्यार से बोलिए धन गुरु नानक। जाते हैं ना, क्या किसी लेक के किनारे चले जाएंगे पिकनिक स्पॉट पे, जहाँ पे नदी होगी, किनारा होगा खूबसूरत, हमें वो नदी खूबसूरत लगती है तो वहाँ जाते हैं, वो पहाड़ खूबसूरत लगते हैं तो वहाँ जाते हैं। अगर किसी माँ का बेटा उस नदी में डूब कर मरा हो या उस पहाड़ से गिर कर मरा हो, उस माँ को वो पहाड़ वो नदी अच्छी लगेगी? फिर से बोलिए धन गुरु नानक। सवाल ही नहीं उठता, उसको तो रोना आ जाएगा वहाँ पे जाके, वो जगह उसके लिए दुख की हो गई, वो पहाड़ वो नदी उसके लिए दुख का कारण बन गई, क्योंकि उसकी यादें वहां जुड़ गई दुख के। प्यार से बोलिए धन गुरु नानक। बड़े ध्यान से इस पॉइंट को समझना, हमारा सुख जुड़ा है यादों से। प्यार से बोलिए धन गुरु नानक। दुख जुड़ा है यादों से। वही नदी जो खूबसूरत लगती है, जिस माँ का बेटा डूब जाए उस माँ को कभी खूबसूरत नहीं लगेगी, नदी तो वही है ना। हमारा दुख अगर वहां किसी चीज से जुड़ जाएगा,
हम वहां जाके दुखी हो जाएंगे। हम अपना शहर छोड़ के पहाड़ों पे जाते हैं, पहाड़ वाले आते हैं शहरों में, प्यार से बोलिए धन गुरु नानक, उन्हें शहर अच्छा लगते हैं, हमें पहाड़ अच्छे लगते हैं। इसकी वजह क्या है पता है? अगर ध्यान से आप अगर साइकोलॉजी समझेंगे अपने माइंड की, हम अपने जिम्मेदारियों अपनी यादों यहाँ से निकल के कहीं जाना चाहते हैं, नई जगह पे। नई जगह पे जाते हैं तो जिज्ञासा में समय निकल जाता है कि कैसी है, क्योंकि वहां पे कोई याद नहीं जुड़ी हुई हमारी, प्यार से बोलिए धन गुरु नानक, और फ्रेश महसूस करते हैं। और अगर उसी पुराने जगह पे बार बार जाएंगे तो कोई ना कोई याद जुड़ी होगी, प्यार से बोलिए धन गुरु नानक, अगर याद अच्छी है तो आनंद है, अगर याद बुरी है तो दुख है, प्यार से बोलिए धन गुरु नानक। अगर याद नेक भी है तो जरूरी नहीं जिसके साथ जिसकी याद साथ में जुड़ी है वो साथ में हो, छोड़ के चला गया होगा, प्यार से बोलिए धन गुरु नानक। इसीलिए वाणी में गुरु अर्जुन देव जी महाराज ने बड़ी गहरी बात कही है, सगल थान ते ओ उत्तम थान, नानक जय काट वसै हर नाम, प्यार से बोलिए धन गुरु नानक। जिसके हृदय में नाम बस गया वो कहीं भी बैठा है सुखी है, प्यार से बोलिए धन गुरु नानक। क्यों? यादें जुड़ी हैं किसी इंसान के साथ हमारी, कोई बिछड़ गया, कोई मिल गया, कोई झगड़ा हो गया, इंसान के साथ यादें जुड़ी हैं। अब वो इंसान कभी ना कभी तो बिछड़ेगा ही, चाहे प्यार ही क्यों ना हो, प्यार से बोलिए धन गुरु नानक, फिर दुख, फिर दुख। एक गुरु नानक है, एक नाम है, आद सच जुगाद सच है भी सच, नानकोसी भी सच तक। हम चले जाएंगे वो नहीं जाने वाला, प्यार से बोलिए धन गुरु नानक, हमेशा साथ में। बिछड़ना है ही नहीं, बिछड़ना है ही नहीं, बशर्ते हम विसर ना जाएं, प्यार से बोलिए धन गुरु नानक। और यही मांगा है गुरु अर्जुन देव जी महाराज ने, हमें मांग के दिखाया है, अगर सुख चाहिए परमानेंट, कि एक बार सुख मिल गया वापिस जाए नहीं, तो यही मांग, प्यार से बोलिए धन गुरु नानक, धन गुरु नानक। आओ सब मिलकर मांगे, सबूत दीजे जित विसरे विसरे नाही, प्यार से बोलिए धन गुरु नानक, धन गुरु नानक। अगर ये पॉइंट गहराई से समझ में आ गया ना किसको, कि हमारा सुख बदलता रहता है, प्यार से बोलिए धन गुरु नानक, चीज वही होती है, आज
आदमी अरदास करता है मुझे ये लड़की मिल जाए, कल कहता है छुटकारा कैसे हो। प्यार से बोलिए धन गुरु नानक। होते कि नहीं तलाक। एक यूट्यूब पे डेली मैसेज होता है, मुझे सेवादार भेजते हैं, वो लिखा होता है हे धन गुरु नानक मुखे तमन्ना दे जो। प्यार से बोलिए धन गुरु नानक, तमन्ना मिल जाए। मैं पढ़ के मैसेज हंसता हूँ, मिल गई तो आखिरी तमन्ना होगी तेरी। तो मांग गुरु को, मांग रहा है धन गुरु नानक से, अमृत वेले आ रहा है तू, मांग रहा है कि मुझे तमन्ना दे दो। ज्ञान नहीं है हमें और बाद में पछताते हैं। प्यार से बोलिए धन गुरु नानक, धन गुरु नानक। वही स्कूल की घंटी होती है सुबह 7 बजे, बच्चों को कितनी बुरी लगती है और 1 बजे कितनी अच्छी लगती है। प्यार से बोलिए धन गुरु नानक। घंटी तो वही बज रही है पर 7 बजे शुरुआत हो रही है, 1 बजे समाप्ति हो रही है। प्यार से बोलिए धन गुरु नानक, धन गुरु नानक। हमारी सोच के हिसाब से हमारा सुख बदलता है। प्यार से बोलिए धन गुरु नानक। सुख कार में नहीं है, सुख घर में नहीं, सुख बंगले में नहीं, सुख बीवी में नहीं, सुख बच्चों में नहीं, सुख हमारी सोच में है। सुख दुख इस मन की वृथा, तुझ ही आगे सारे। प्यार से बोलिए धन गुरु नानक, धन गुरु नानक। और ये सुख परमानेंट चाहिए तो अविनाशी खेम चाहे जे नानक सदा सिमर नारायण। वाणी कहती है अगर चाहता है अविनाशी, जो कभी विनाश ना हो, जिस खेम, खेम कहती है खुशी को, अगर चाहता है परमानेंट खुश होना, दुख आए ही ना तेरे मन में, तो एक ही तरीका है सदा सिमर नारायण। प्यार से बोलिए धन गुरु नानक, धन गुरु नानक। बड़ी प्यारी घटना जो ज्ञान देती है कि मांगना क्या है गुरु से। प्यार से बोलिए धन गुरु नानक। '1857 की बात है जब गदर हुआ था। प्यार से बोलिए धन गुरु नानक। अंग्रेज सरकार के खिलाफ बहुत बड़ी बगावत हुई थी, अंग्रेज सरकार के पांव उखड़ने वाले ही थे भारत से पर नहीं उखड़ पाए। प्यार से बोलिए धन गुरु नानक। बाबा नंद सिंह जी कमाल की बात कहा करते थे, आपको पता है जब अंग्रेज सरकार का रूल था ना उनका, तो
तो कोई भी किसी भी धर्म का कोई लिबास में इंसान हो, संत हो, किसी भी धर्म का भारत में, उससे किसी भी ट्रेन में टिकट नहीं ली जाती थी। प्यार से बोलिए धन गुरु नानक। अंग्रेजों ने एक बड़ा नेक एक काम किया था, बड़े कमाल का, किसी संत किसी महापुरुष को कभी परेशान नहीं किया था। प्यार से बोलिए धन गुरु नानक। बाबा नंद सिंह जी कहते थे इसीलिए 200 साल राज कर गए, अगर गलती कर बैठते बहुत जल्दी पांव उखड़ जाते। प्यार से बोलिए धन गुरु नानक। किसी संत कोई भी हो, ट्रेन में जा रहा है कोई टिकट नहीं। प्यार से बोलिए धन गुरु नानक। जितने भी साधन हैं गवर्नमेंट की तरफ से सब फ्री, अगर वो लिबास में भी है तो किसी संत के लिबास में। प्यार से बोलिए धन गुरु नानक। उस वक्त फिर अंग्रेज सरकार ने जब गदर हट गया, बचाव हो गया, अंग्रेज सरकार के पांव नहीं उखड़े भारत से, तो उन्होंने ऐलान किया एक कि 24 घंटे के लिए जिन सैनिकों ने हमारी रक्षा की है भारतीय होते हुए, उन्होंने निभाया अपना फर्ज अंग्रेज सरकार के प्रति, भाव जो ईमानदार थे। प्यार से बोलिए धन गुरु नानक। 24 घंटों के लिए खोल दी जाती है, चाहे धन लूटो चाहे इज्जत लूटो जो मर्जी करो। प्यार से बोलिए धन गुरु नानक। जो भी लूट कर ले जाओ अपने घर में तुम्हारा, 24 घंटे के लिए अंग्रेज सरकार ने ये छूट दे दी थी, ये इतिहास है। प्यार से बोलिए धन गुरु नानक। और बहुत लूट मार हुई थी, बहुत कुछ हुआ था उस वक्त 24 घंटे में। उस समय की घटना है एक सिख सैनिक। प्यार से बोलिए धन गुरु नानक। सिख सैनिक जो अंग्रेज सरकार में था, सब जगह लूटपाट चल रही है, उसका मन उदास है, बंदूक कंधे पर है, सामान सब कुछ है, पर वो उदास है देखकर ये क्या हो रहा है। प्यार से बोलिए धन गुरु नानक। बड़े दुखी मन से कहीं से गुजर रहा है, देखता है कि कुछ औरतें चिल्ला रही हैं, मुसलमान परिवार। प्यार से बोलिए धन गुरु नानक। क्योंकि कुछ सैनिक उनके घर में घुसने की कोशिश कर रहे हैं और दरवाजा तोड़ दिया है लगभग, और वो चिल्ला रहे हैं हे गुरु नानक के सिख, खिड़की से, वो मुसलमान औरतें, हे गुरु नानक के सिख तुझे तेरे पीर गुरु नानक का वास्ता, हमारी रक्षा कर। प्यार से बोलिए धन गुरु नानक। धन गुरु नानक। इस सिख सैनिक ने आवाज सुनी, जब गुरु नानक का वास्ता कहा तो दौड़ कर गया वहां पर, अपनी बंदूक उतार ली और सर पर नली लगा दी जो वहां खड़े थे। प्यार से बोलिए धन गुरु नानक। कहने लगा मुझे गुरु नानक का वास्ता दे दिया इसने, अब तो मैं रहूंगा या तुम रहोगे, चले जाओ यहाँ से। प्यार से बोलिए धन गुरु नानक। तो वो आपस में कहने लगे, आपस में क्या लड़ना, दूसरे किसी घर में चले जाते हैं, वो लोग छोड़कर चले गए। प्यार से बोलिए धन गुरु नानक। वो परिवार नीचे आया, मुसलमान औरतों का परिवार, कहने लगे हमारे जो घर वाले मर्द थे सब बाहर गए हुए हैं, ये सब हो गया, पता नहीं कब आएंगे, हमारी रक्षा करो, जाओ मत, पता नहीं कब कौन आ जाए। तो इस सिख सैनिक ने कहा कि घबराओ मत, जब तक तुम्हारे मर्द घर में वापस नहीं आ जाते, जब तक ये माहौल खत्म नहीं हो जाता, 24 घंटे का समय है ये, मैं घर के दरवाजे के बाहर खड़ा रहूंगा पहरेदार बन के। तुमने गुरु नानक का वास्ता दिया है, कुछ भी हो जाए मैं आप लोगों को कुछ नहीं होने दूंगा। प्यार से बोलिए धन गुरु नानक। धन गुरु नानक। इतिहास में लिखा है 24 घंटे तक बिना कुछ खाए पिए ये सिख सैनिक दरवाजे के बाहर खड़ा रहा। समय खत्म हो गया 24 घंटे का, शांति हो गई और इनके परिवार के मर्द भी वापस आ गए। प्यार से बोलिए धन गुरु नानक।
अब इन सारी औरतों ने क्या किया, हम इसे क्या भेंटा दें, क्या दे सकते हैं? उन्होंने सारे अपने गहने उतारे और एक प्लेट में रख के इनके आगे किए कि आप ले लो, आपने हमारी इज्जत बचाई है। प्यार से बोलिए, धन गुरु नानक, हम आपका देना नहीं दे सकते। उस सिख ने कहा कि मैं यहाँ पर गुरु नानक का वास्ता बेचने नहीं आया। प्यार से बोलिए, धन गुरु नानक, धन गुरु नानक। काश गुरु मेर करे आज भी हैं ऐसे, पर पता है वजह क्या है? संत अतर सिंह जी मस्त होने वाले एक बात कहा करते थे, कहते थे ये जो गिरावट आई है ना कैरेक्टर में, हमारे कैरेक्टर में गिरावट आ चुकी है, हम अपने मन स्थिति पर कंट्रोल नहीं कर पाते, लालच दिखता है उस तरफ हो जाते हैं, हम हमेशा डोल जाते हैं। वजह है क्योंकि सिख से सबसे इम्पोर्टेंट चीज छूट गई है, वो है अमृत वेला। प्यार से बोलिए, धन गुरु नानक। अगर अमृत वेला जिसके पास है ना, गुरु डोलने नहीं देता, डोलनते राखो प्रभु नानक देकर हाथ, वो हमेशा सही डिसीजन लेगा जो अमृत वेले उठता है, वो गलत रास्ते पर नहीं जाएगा। प्यार से बोलिए, धन गुरु नानक। वो नुकसान कर लेगा पर गलत रास्ते पर नहीं जाएगा, पर नुकसान वो होता भी नहीं, गुरु नानक साथ में आ जाता है, नुकसान कहाँ से होना है? प्यार से बोलिए, धन गुरु नानक। हमें लगता है कि उसका नुकसान हो गया, वो तो कहाँ से कहाँ पहुंच जाता है, क्योंकि हमारी नजर में नुकसान फायदा है ही धन के हिसाब से, धन है तो फायदा है, धन नहीं है तो नुकसान है। प्यार से बोलिए, धन गुरु नानक। पर महापुरुषों की नजरों में नाम का धन है। प्यार से बोलिए, धन गुरु नानक। इसीलिए कहा है ना, नाम धन दे, नाम का धन दे। प्यार से बोलिए, धन गुरु नानक। वो गुरु का सिख कहने लगा मुझे कुछ नहीं चाहिए। कहने लगा कुछ तो ले लो, आपने मेरे इतनी मदद की। सारा परिवार गिड़गिड़ाने लगा। कहने लगा अगर देना ही चाहते हो ना, एक काम कर दो, आप कहते हो सोना ले लो, सोना देकर अगर इज्जत लूट जाती तो इज्जत वापस नहीं आनी थी, इसकी कोई कीमत नहीं है। अगर मुझे कुछ देना ही चाहते हो तो अपने खुदा से एक दुआ मांगो मेरे लिए। प्यार से बोलिए, धन गुरु नानक। क्या दुआ मांगो? कि मेरी आखिरी श्वासों तक गुरु नानक से निभ जाए, कभी भी मुझे हर श्वास मेरा गुरु नानक कभी मुझे भूले नहीं। प्यार से बोलिए, धन गुरु नानक। मेरी यादों में बस जाए मेरा पीर, मेरा नानक। अपने अल्लाह से, अपने खुदा से मेरे लिए ये दुआ मांगो। तो उस परिवार ने उसी वक्त हाथ ऊपर करके दुआ मांगी। उन्होंने पूछा आपका नाम क्या है? कहने लगे मेरा नाम करम सिंह है। प्यार से बोलिए, धन गुरु नानक। ये वही करम सिंह होती मर्दान वाले महापुरुष साध संगत जी जो पहले मिलिट्री में थे। प्यार से बोलिए, धन गुरु नानक। ऐसे नहीं कोई महापुरुष बन जाता, इतनी कमाई वाले संत करम सिंह जी होती मर्दान वाले कि अगर एक पागल खाने में बैठ के आधा घंटा कीर्तन कर दिया तो पागल खाने सारे पागल ठीक हो गए। प्यार से बोलिए, धन गुरु नानक। कमाई कहाँ से शुरू होती है? नेक काम से। और मांगा क्या? वो सोना दे रहे हैं, सोना नहीं चाहिए, चाहते तो लूट बाट वो भी कर सकते थे, नहीं किए, सोना ठुकरा दिया कि मेरे लिए एक दुआ मांग दो कि मैं गुरु नानक को कभी भूलूं ना। प्यार से बोलिए, धन गुरु नानक। कितनी कीमती दात होगी उनकी नजरों में, हमारे लिए जो है ही नहीं। वो जो गुरु अर्जन देव जी महाराज आप हमें मांगने के लिए कह रहे हैं, साबुद दीजे जित विसरे नाही, मैं तुझे भूलूं ना, ये ज्ञान दे दे पाचा। प्यार से बोलिए, धन गुरु नानक। संत करम सिंह जी होती मर्दान वाले कह लगे मेरा नाम करम है। कह लगे तुम्हारे नेक कर्म, तुम्हारा नाम भी करम, तुम पर खुदा का भी करम। प्यार से बोलिए, धन गुरु नानक। उस परिवार ने हाथ उठा के इबादत की, कहने लगे या खुदा अगर हमने कोई भी नेक काम जीवन में किया है, इस सिख को ये ज्ञान दे दे कि इसको कभी अपने पीर भूले ना। प्यार से बोलिए, धन गुरु नानक, धन गुरु नानक। और वो करम सिंह मिलिट्री वाले आगे चल के संत करम सिंह जी होती मर्दान वाले बने। और आगे सुनिए,
कितना कुछ सहना पड़ता है सच्चाई पे चलने के बाद। ऐसे नहीं कोई संत बन जाता। जब घर में गए ये, माता बैग फोलने लगी, माता कपड़े निकालने लगे, भी सोना का है चांदी का है, क्योंकि सारे आसपास जो रहते थे वो भी मिलिट्री में थे, वो सब अपने अपने घर में कोई सोना लेके आए, कोई मोती कोई हीरे लूट के घरों को लेकर आए, और इसकी माता फोल रही है संत करम सिंह जी होती मर्दान वालों की माता बैग फोल कर कि कहाँ है कोई सोना चांदी रुपये कुछ भी नहीं लाया तू। कहने लगी माता मैं गुरु नानक की सिक्खी बचा कर लाया हूँ। प्यार से बोलिए धन गुरु नानक, मैं गुरु नानक का सिख हूँ, गुरु नानक की सिक्खी बचा के लाया हूँ, गुरु नानक की सिक्खी का भरोसा बचा के लाया हूँ, कोई धन दौलत नहीं। माता कहने लगी बहती गंगा में भी तू हाथ नहीं धो सका, निकल जा घर से। प्यार से बोलिए धन गुरु नानक। संत करम सिंह जी होती मर्दान वालों की आंखों में उस वक्त आंसू आ गए। इतिहास में लिखा है कि उस वक्त उन्होंने माता से कहा माता आज के बाद तू मुझे नहीं देख पाएगी। प्यार से बोलिए धन गुरु नानक। जिस चीज के लिए तुझे शाबाशी देनी चाहिए थी तू मुझे गलत रास्ते पर चलने के लिए कह रही है। मैं गुरु गोविंद सिंह जी महाराज का सिख हूँ, गलत रास्ता इख्तियार नहीं कर सकता, आज के बाद तू मुझे नहीं देखेगी। और उस दिन के बाद संत करम सिंह जी होती मर्दान वाले कभी घर पर नहीं आए। प्यार से बोलिए धन गुरु नानक, धन गुरु नानक। पर मांगा क्या, इतना कुछ गवा के उन्होंने पाया क्या, ये पाया सबूत दीजे जित विसरे माही सामत दीजे जित तुद एक बार सारी संगत केवल संगत ये मांगना, इसे गाने के साथ साथ मांगना पाछा तरस कर। ये दात जो संत करम सिंह जी होती मर्दान वालों ने मांगी हमें भी चाहिए। प्यार से बोलिए धन गुरु नानक। साबुद दीजे जित विसरे नाही सामत दीजे जित तुद ते आई। वाह वाह। साबुद दीजे जित विसरे नाही सामत दीजे जित तुद दे आई। सारे साबुद दीजे जित विसरे नाही सामत दीजे जित तुद ते आई। साबुद
ਪੂਜਯ ਧੰਨ ਗੁਰੂ ਨਾਨਕ। ਸੰਤ ਅਤਰ ਸਿੰਘ ਜੀ ਮਸਤੋਂ ਆਉਣੇ ਵਾਲੇ, ਅਤ ਕੀ ਕਮਾਏ। ਸੰਤ ਅਤਰ ਸਿੰਘ ਜੀ ਮਸਤੋਂ ਆਉਣੇ ਵਾਲੇ, ਉਨਕੇ ਪਾਸ ਕੋਈ ਆ ਗਿਆ ਪ੍ਰੇਮੀ, ਕੋਈ ਪੇਂਟਰ ਪੇਂਟਿੰਗ ਬਣਾ ਕਰ ਲਾਇਆ। ਪਿਆਰ ਸੇ ਬੋਲਿਆ ਧੰਨ ਗੁਰੂ ਨਾਨਕ। ਪੇਂਟਿੰਗ ਬਣਾ ਕੇ ਲਾਇਆ, ਪੈਕ ਕੀ ਹੋਈ ਹੈ, ਗਿਫਟ ਰੈਪ ਕੀ ਹੋਤੀ ਹੈ। ਜੈਸੇ ਮਹਾਂਪੁਰਸ਼ਾਂ ਨੇ ਖੋਲੀ, ਇਤਨੀ ਪਿਆਰੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੀ ਤਸਵੀਰ। ਪਿਆਰ ਸੇ ਬੋਲਿਆ ਧੰਨ ਗੁਰੂ ਨਾਨਕ। ਬਹੁਤ ਬਾਰੀਕੀ ਸੇ ਪੇਂਟਿੰਗ ਕੀ ਹੋਈ ਥੀ, ਕਿਉਂਕਿ ਉਸ ਜ਼ਮਾਨੇ ਮੇਂ ਕੈਮਰੇ ਵਗੈਰਾ ਤੋ ਹੋਤੇ ਨਹੀਂ ਥੇ। ਕੋਈ ਬਹੁਤ ਅੱਛਾ ਪੇਂਟਰ ਹੋ ਤੋ ਐਸੀ ਪੇਂਟਿੰਗ ਬਣਾ ਪਾਤਾ ਥਾ। ਸੰਤ ਅਤਰ ਸਿੰਘ ਜੀ ਮਸਤੋਂ ਆਉਣੇ ਵਾਲੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੇ ਦਰਸ਼ਨ ਕਰ ਕਰਕੇ ਮਨ ਨਹੀਂ ਭਰ ਰਿਹਾ। ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ। ਮਨ ਨਹੀਂ ਭਰ ਰਿਹਾ, ਆਂਖੋਂ ਮੇਂ ਆਂਸੂ ਆ ਗਏ। ਕਾਫੀ ਦੇਰ ਤੱਕ ਦਰਸ਼ਨ ਕਰਤੇ ਰਹੇ, ਫਿਰ ਜੋ ਪੇਂਟਰ ਪੇਂਟਿੰਗ ਬਣਾ ਕਰ ਲਾਇਆ ਥਾ, ਆਗੇ ਹੱਥ ਜੋੜ ਕਰ ਬੈਠਾ ਥਾ, ਉਸਕੀ ਤਰਫ ਦੇਖਾ ਔਰ ਉਨਕੇ ਦਿਲ ਸੇ ਇੱਕ ਆਸੀਸ ਨਿਕਲੀ। ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ। ਹਮ ਮਾਂਗਤੇ ਹੈ ਨਾ ਆਸੀਸ, ਆਸੀਸ ਮਾਂਗਨੇ ਸੇ ਨਹੀਂ ਮਿਲਤੀ, ਆਸੀਸ ਕਭੀ ਵੀ ਦਿਲ ਸੇ ਨਿਕਲਤੀ ਹੈ। ਜਬ ਹਮ ਕਿਸੀ ਕੀ ਬਾਤ ਮਾਨ ਲੇਤੇ ਹੈ, ਕਿਸੀ ਕੋ ਕੋਈ ਸੁਖ ਦੇਤੇ ਹੈ, ਹਿਰਦੇ ਸੇ ਆਸੀਸ ਨਿਕਲਤੀ ਹੈ। ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ। ਵੋ ਆਸੀਸ ਅਰਸ਼ੋਂ ਸੇ ਫਰਸ਼ੋਂ ਤੱਕ ਪਹੁੰਚਾ ਸਕਦੀ ਹੈ, ਔਰ ਉਸੀ ਬਾਤ ਸੇ ਡਰਨਾ ਵੀ ਚਾਹੀਏ। ਜਬ ਹਮ ਕਿਸੀ ਕਾ ਹਿਰਦਾ ਦੁਖਾਤੇ ਹੈ, ਕਿਸੀ ਕੋ ਤਕਲੀਫ ਦੇਤੇ ਹੈ, ਉਸਕੇ ਹਿਰਦੇ ਸੇ ਆਪਣੇ ਆਪ ਇੱਕ ਆਸੀਸ ਨਿਕਲਤੀ ਹੈ। ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ। ਵੋ ਆਸੀਸ ਵੀ ਸਿਤਾਰੇ ਪਲਟ ਦੇਤੀ ਹੈ, ਅਰਸ਼ੋਂ ਸੇ ਫਰਸ਼ੋਂ ਪਰ ਲੈ ਆਤੀ ਹੈ, ਸਭ ਕੁਛ ਖਤਮ ਕਰ ਦਿੱਤੀ। ਮੈਨੇ ਆਪਣੇ ਆਂਖੋਂ ਸੇ ਐਸੇ ਲੋਕ ਦੇਖੇ ਹੈ, ਅਰਬਪਤੀ ਬਸੀਸ ਲੈ ਲੀ, ਭੀਖ ਮਾਂਗਨੇ ਪੇ ਵੀ ਭੀਖ ਨਹੀਂ ਮਿਲਤੀ। ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ। ਡਰ ਕੇ ਰਹਿਣਾ ਚਾਹੀਏ, ਡਰ ਕੇ। ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ। ਡਰ ਕਿਸ ਬਾਤ ਕਾ, ਕਿ ਮੇਰੀ ਵਜ੍ਹਾ ਸੇ ਕਿਸੀ ਕੋ ਤਕਲੀਫ ਨਾ ਹੋ ਜਾਏ। ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ। ਹਾਥੋਂ ਸੇ ਕਿਸੀ ਕਾ ਭਲਾ ਹੋ ਜਾਏ, ਬੁਰਾ ਨਾ ਹੋ ਜਾਏ। ਸੰਤ ਅਤਰ ਸਿੰਘ ਜੀ ਮਸਤੋਂ ਵਾਲੇ ਨੇ ਉਸ ਕੋ ਦੇਖਾ, ਉਸਕੇ ਤਰਫ ਪ੍ਰੇਮ ਸੇ ਦੇਖਾ, ਔਰ ਉਨਕੇ ਹਿਰਦੇ ਸੇ ਆਸੀਸ ਨਿਕਲੇ, ਕਹਿਣੇ ਲਗੇ, ਤੂਨੇ ਹਮੇ ਕਲਗੀਆਂ ਵਾਲੋ ਕੀ ਯਾਦ ਦਿਲਾਈ ਹੈ। ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ। ਤੂਨੇ ਆਜ ਹਮੇ ਕਲਗੀਆਂ ਵਾਲੋ ਕੀ ਯਾਦ ਦਿਲਾਈ ਹੈ, ਕਲਗੀਆਂ ਵਾਲਾ ਮੇਰ ਕਰੇ ਤੁਝੇ ਕਲਗੀਆਂ ਵਾਲਾ ਕਭੀ ਭੁਲੇ ਨਹੀਂ। ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ, ਆਸੀਸ ਦੇ ਦੀ ਕਿ ਕਲਗੀਆਂ ਵਾਲਾ ਤੁਝੇ ਕਭੀ ਭੁਲੇ ਨਹੀਂ। ਵਾਹ, ਉਸਕੇ ਹਿਰਦੇ ਮੇਂ ਸਿਮਰਨ ਸ਼ੁਰੂ ਕਰਾ ਦਿਆ। ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ। ਉਹ ਜਿਸ ਅਵਸਥਾ ਕੋ ਪਾਣੇ ਕੇ ਲੀਏ ਕਿਤਨੇ ਕਿਤਨੇ ਜਨਮ ਲਗ ਜਾਤੇ ਹੈ, ਮਿਲਤੀ ਨਹੀਂ। ਪੂਰਨ ਮਹਾਂਪੁਰਸ਼ੋਂ ਕੇ ਇੱਕ ਹਿਰਦੇ ਸੇ ਨਿਕਲੀ ਹੋਈ ਆਸੀਸ ਉਸਕੇ ਭੀਤਰ ਪ੍ਰਕਾਸ਼ ਹੋ ਗਿਆ। ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ। ਜਬ ਵੀ ਸੰਤ ਮਹਾਂਪੁਰਸ਼ ਕਿਸੇ ਕੋ ਆਸੀਸ ਦੇਤੇ ਹੈ, ਉਨਕੇ ਲੀਏ ਸਭਸੇ ਬੜੀ ਚੀਜ਼ ਜੋ ਹੋਤੀ ਹੈ ਨਾ, ਵੋ ਦੇਤੇ ਹੈ, ਵੋ ਕਿਆ ਹੈ, ਨਾਮ। ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ। ਇਹ ਘਟਨਾ ਸੱਚੀ ਹੈ ਨਾ, ਥੋੜ੍ਹੀ ਦੇਰ ਪਹਿਲੇ ਕੀ ਦਸ ਦਿਨ ਸ਼ਾਇਦ ਪਹਿਲੇ ਸੁਣਾਈ ਵੀ ਹੈ। ਲੁਧਿਆਣਾ ਕੇ ਪਾਸ ਕੀ ਜਗ੍ਹਾ ਹੈ, ਉਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਵੀ ਉਸਕੇ ਬਾਰੇ ਮੇਂ ਲਿਖਾ ਹੈ। ਨਹੀਂ, ਸੰਤ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੋਂ ਨੇ ਉਸਕੇ ਬਾਰੇ ਮੇਂ ਲਿਖਾ ਕਿਤਾਬ ਮੇਂ। ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ। ਕਿ ਲੁਧਿਆਣਾ ਕੇ ਪਾਸ ਇੱਕ ਆਦਮੀ ਬੜਾ ਸੁਣਾ ਉਸਕੇ ਬਾਰੇ ਮੇਂ, ਕਿ ਉਸਕੀ ਅਵਸਥਾ ਬਹੁਤ ਉੱਚੀ ਹੈ, ਜੁੜਾ ਰਹਿਤਾ ਹੈ, ਔਰ ਜੋ ਮੁਖ ਸੇ ਕਹਿਤਾ ਹੈ ਪੂਰਾ ਹੋ ਜਾਤਾ ਹੈ, ਔਰ ਉਸਕੀ ਫਸਲ ਵੀ ਦੂਸਰੋ ਸੇ ਕਈ ਗੁਣਾ ਜ਼ਿਆਦਾ ਹੋਤੀ ਹੈ, ਖੇਤ ਪਾਸ ਪਾਸ ਮੇਂ ਹੀ ਹੈ। ਤੋ ਕਹਿਣ ਲੱਗੇ, ਦੇਖਣੇ ਚਲੇ ਗਏ, ਮਿਲਣੇ ਚਲੇ ਗਏ ਉਸੇ ਉੱਪਰ, ਉਹ ਬੋਲੇ ਹੀ ਨਾ। ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ। ਇੱਕ ਰਸਮ ਡੁਬਾ ਹੁਆ ਹੈ, ਰਸਮ,
वो कहने लगे तू किसान, तुझ पर कृपा हुई कैसे, तूने कौन सी बंदगी की, कौन सी भक्ति की, क्या किया तूने? कहने लगे मैंने कुछ नहीं किया। देखा महापुरुष खुद आए तो जब बात की उसने, कहने लगा मैंने कुछ नहीं किया, ये तो एक कृपा हो गई। कहने कैसे हुई? कहने लगे मैं अपने खेतों में काम कर रहा था, दोपहर का समय था, मेरे अपने भैंसे भी हैं, गाय भी हैं और खेत भी हैं बड़े सारे। कोई फकीर आ गया, उसने कहा प्यास लगी है पानी पिला दो। प्यार से बोलिए धन गुरु नानक। गर्मी के दिन थे, आते खेतों में गर्मी, फकीर कहीं से आया और कहने लगा प्यास लगी है। कहने लगा मैंने सोचा फकीर आए हैं, मेरे पास दूध है। कहने लगा मैंने भैंस से ताज़ा दूध निकाला और पानी मिला के लस्सी बना के दी। प्यार से बोलिए धन गुरु नानक। दूध और पानी मिला के बनाते हैं ना, वो लस्सी बना के दी मैंने। उन्होंने देखा कटोरा, कहने लगे ये क्या? कहने लगा देखो आप संत महापुरुष लोग, आपके तो सेवा करनी बनती है ना, मेरे पास जो था सबसे अच्छा इस वक्त वो मैंने आपको दे दिया। प्यार से बोलिए धन गुरु नानक। अगर इससे अच्छी चीज़ होती है तो मैं आपको उससे अच्छी चीज़ दे देता, पर मेरे पास सबसे अच्छी चीज़ यही दूध ही था, मैं लस्सी बना के आपको दे दी। उन्होंने वो लस्सी पी और कहने लगे जब तूने नहीं विचार किया, जो तेरे पास सबसे अच्छा था तूने हमें दे दिया, अब हमारे पास सबसे जो अच्छा हम तुझे देने जा रहे हैं। प्यार से बोलिए धन गुरु नानक। संतों की नज़र में सबसे अच्छा क्या है? कहने लगे हाथ पर मुँह धो के, हाथ पर मुँह धो के सामने बिठाया और कहने लगे बोल वाहिगुरु, 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 वाहिगुरु। और कहने लगा बस वो 5 बार वाहिगुरु मुझसे कहलवाया और चले गए, मेरी समाधि लग गई। प्यार से बोलिए धन गुरु नानक। मैंने कभी कोई सेवा सिमरन भक्ति कुछ नहीं किया, एक फकीर ने कहा कि तूने सबसे अच्छी चीज़ मुझे दी है, तूने विचार नहीं किया, मैं भी तुझे देते वक्त विचार नहीं करूँगा, जो मेरे पास सबसे अच्छा है तुझे देता हूँ, और अंदर नाम का प्रकाश कर दिया। प्यार से बोलिए धन गुरु नानक, धन गुरु नानक। महापुरुषों के, संतों पीरों की नज़रों में सबसे ऊँची चीज़ है नाम। जब इतिहास गुरु नानक पाशा का इतिहास पढ़ेंगे ना, जब जब गुरु नानक पाशा किसी पे प्रसन्न हुए और खुद कुछ दिया है तो एक ही बात कहते थे, एक जा तैनू करतार चितावे। प्यार से बोलिए धन गुरु नानक, कि तैनू करतार चितावे, कि जा तुझे करतार याद रहे, भूले ना कभी। प्यार से बोलिए धन गुरु नानक, क्योंकि इससे ऊपर कोई दात ही नहीं है। अगर हृदय में नाम बस गया, कौन सा सुख है जो नहीं है भीतर। प्यार से बोलिए धन गुरु नानक। हम सुख बाहर ढूंढते हैं क्योंकि हमारे भीतर अभी तक प्रकट नहीं हुआ सुख, एक बार भीतर प्रकट हो गया फिर तो जहां बैठे वहां सुख। प्यार से बोलिए धन गुरु नानक। सगल थान ते ओ उत्तम थान, नानक जय कट वसे हर नाम। सबूत दीजे जित विसरे नाए, सामत दीजे जित तुद Oh,
से बोलिए धन गुरु नानक। धन गुरु नानक। बाबा बिधी चंद जी का नाम सबने सुना है कमाल के सूर में, प्यार से बोलिए धन गुरु नानक। अगर इनका जीवन लिया तो स्टार्टिंग से लेके एंड तक बहुत बड़ी कथा है, बीच का पॉइंट ले रहे जो इस वक्त यहाँ पर जरूरत है। जब बाबा बिधी चंद जी पे गुरु हरगोविंद साहब जी छेवे गुरु नानक अत के प्रसन्न हो गए, जब वो घोड़ा वापस लेकर आए, दास ये कथा लेगा बीच में कभी, बहुत प्यारी कथा है ये, तो उन्होंने कहा कुछ मांग ले। प्यार से बोलिए धन गुरु नानक। गुरु हरगोविंद साहब जी कह लेंगे हम तुझ पे अत के प्रसन्न है, आज जो चाहिए मांग ले। हम होते तो क्या मांगते, राजा बना दो। प्यार से बोलिए धन गुरु नानक। बाबा बिधी चंद जी ने क्या मांगा, कमाल है कमाल है, श्रवण कीजिए क्या मांगा। सतगुरु का अंग साध का संग, नाम का रंग निश्चा अपंग, निश्चा अपंग। प्यार से बोलिए धन गुरु नानक। आओ इसे गा भी लेते अपने, आनंद लेते थोड़ा। संग सतगुरु का संग दीवा, संग सतगुरु का संग दीवा, सतगुरु का अंग दीवार, सन सतगुरु का अंग दीवार, सन साध का संग दीवार, सन साध का संग दीवार, मेरे गुरु नानक जी, मेरे
बाबा विधि चंद जी ने क्या मांगा, मुझे पाछा चार वरदान दे दो। कहने के बोल, पहला वरदान सतगुरु का अंग दे दो। प्यार से बोलिए धन गुरु नानक। कितनी बड़ी बात मांग रही, सतगुरु का अंग। अंग किसे कहते हैं सात संगत जी? ये हमारे शरीर का अंग है ना, हाथ। मैं जहाँ जाऊंगा हाथ तो साथ में जाना ही है। प्यार से बोलिए धन गुरु नानक। पाँव मेरा अंग है, आंखें मेरी अंग है, कान मेरे अंग है शरीर के, जहाँ जाऊंगा साथ में ही जाने हैं। सतगुरु तू मेरे साथ इस प्रकार रहे जैसे अंग है मेरा। प्यार से बोलिए धन गुरु नानक, हमेशा मेरे साथ रहे। उसके बाद साध का संग, साधुओं की संगत बख्श, नाम जपने वालों के, गुरुमुखों की संगत बख्शना, हमेशा उनके साथ रहूं। प्यार से बोलिए धन गुरु नानक। नाम का रंग, नाम का रंग चढ़ जाए मुझ पर, होना ही है। सतगुरु संग है, साधु का संग है, सतगुरु का अंग है, नाम का रंग तो चढ़ ही जाना है। प्यार से बोलिए धन गुरु नानक। और फिर सबसे इंपॉर्टेंट चीज मांगिए, निश्चय अपंग। सब कुछ होते हुए अगर गुरु पे भरोसा नहीं है, व्यर्थ चला जाता है। प्यार से बोलिए धन गुरु नानक। ये सबसे इंपॉर्टेंट पॉइंट है, गुरु पर विश्वास, कभी डोले ना। दुख में हम डोल जाते हैं ना, सुख में ठीक है गुरु तू बड़ा है, जब दुख आता है काम पूरा नहीं हो रहा, चलो दूसरे के पास चलते हैं। प्यार से बोलिए धन गुरु नानक, शायद वहां पूरा हो जाए। डोल गए, विश्वास उठ गया। प्यार से बोलिए धन गुरु नानक। जब हम ये दर छोड़ के दूसरे दर पर जाकर मांगते हैं, तो मतलब गुरु नानक से कहते हैं, गुरु नानक तू ये काम तू नहीं कर सकता, वो करेगा। प्यार से बोलिए धन गुरु नानक, धन गुरु नानक। निश्चय अपंग, ये दात मांगी। प्यार से बोलिए धन गुरु नानक। चारों बातों में एक ही बात है, नाम, उसकी याद। प्यार से बोलिए धन गुरु नानक। अब दूसरी बार ही आई, जब दूसरी बार प्रसन्न हुए गुरु हरगोविंद साहब जी, तो उन्होंने वर दिया, विधि चंद छीना गुरु का सीना। प्यार से बोलिए धन गुरु नानक। प्रेम भगत पीना कदे नहीं, कदे कमी नहीं। प्यार से बोलिए धन गुरु नानक। तीन वर दिए, क्या दिए? विधि चंद छीना गुरु का सीना, तूने मेरा सीना छीन लिया है। प्यार से बोलिए धन गुरु नानक। बाबा मेरा दिल ले लिया है तूने। भाई बाबा विधि चंद जी से गुरु हरगोविंद साहब जी कह रहे हैं, गुरु नानक निरंकार कह रहे हैं, कितना प्रेम आया होगा उसके ऊपर। प्यार से बोलिए धन गुरु नानक। विधि चंद छीना गुरु का सीना, प्रेम भगत बिना जा, तुझे प्रेम की दात विधि, प्रेम में भीगा रहेगा और कदे कमी ना ही, कभी किसी चीज की कमी नहीं रहेगी तुझे। प्यार से बोलिए धन गुरु नानक। तो बाबा विधि चंद ने हाथ जोड़ लिए, पाछा पिछली बार मैंने चार वरदान मांग के लिए थे, इस बार केवल तीन दिए हैं। प्यार से बोलिए धन गुरु नानक। तो गुरु हरगोविंद साहब जी कहते, चौथा तू खुद मांग ले। ज्ञान दे रहे हैं हमने, क्या ज्ञान दिया, चौथा क्या मांगा? वाह, धन गुरु नानक। ये वो मांगा जो बाबा नंद सिंह जी कहा करते थे, बाबा मार राम सिंह से। कहने के आज के बाद आपसे कुछ मांगने का ख्याल भी ना आए। प्यार से बोलिए धन गुरु नानक। ये मेरी आखिरी मांग हो, कुछ नहीं चाहिए मुझे आपके सिवा, मांगने का ख्याल खत्म कर दो अंदर से। प्यार से बोलिए धन गुरु नानक, धन गुरु नानक। संतोख की दात, बिना संतोख नहीं को राज है। संतोख जब तक नहीं, कोई रज नहीं सकता। संतोख की दात मांग लिए, मांगने का ख्याल ही खत्म हो जाए। निष्काम भक्ति। प्यार से बोलिए धन गुरु नानक। निष्काम किसे कहते हैं? निष्काम जब सेवा के बदले कुछ पाने की इच्छा ही न रहे, केवल सेवा ही आनंद बन जाए, सबसे उत्तम सेवा कही जाती है निष्काम सेवा। भक्ति करें, नाम जपें, पर सिर्फ उसे पाने के लिए, कुछ मांगने के लिए नहीं।
निष्काम सेवा। प्यार से बोलिए धन गुरु नानक, धन गुरु नानक। सा बुद्ध दी जय। आइए पढ़ लेते हैं। सा बुद्ध दी जय, जित विसरे नाए। सामत दी जय, जित तुद तेया। पातशाही दसवीं कवियो बाच बेनती चौपाई। अमरी करो हाथ दे रचा, पूरन होए चित के इच्छा। तब चरणन मन रहे हमारा, अपना जान करो प्रत पारा। हमरे दुष्ट सब है तुम कावो, आप हाथ दे मोए बचावो। सुखी बसे मोरो परवारा, सेवक सिख सब है करतारा। मोर अच्छा निज कर दे करिए, सब बैरन को आज संगरिए। पूरन होए हमारी आशा, और भजन के रहे प्यासा। तुम्हें छाड़ कोई और ना त्याओ, जो पर जाओ सो तुम ते पाओ। सेवक सिख हमारे तारी है, चुन सत्र हमारे मारी है। आप हाथ दे मुझे उभरी है, मर्म काल का त्रास नुवरी है। हो जो सदा हमारे पछा, यस तुझ जो करियो रचा। राख ले मोए राखण हार, साहिब संत साहिब प्यार। दीन बांध दुष्टन के हंदा, हो पुरी ततर दस कंता। काल पाए ब्रह्मा बप तरा, काल पाए सब जो अवतरा। काल पाए कर विषण प्रगासा, सकल काल का किया तमासा। जवन काल जो की शिव कियो, वेद राज ब्रह्मा जो थियो। जवन काल सब लोक सवारा, नमस्कार है ताए हमारा। जवन काल सब जगत बनायो, देव दैत जग छनि उपजायो। आद अंत के अवतारा, सोई गुरु समझो हमारा। नमस्कार तिस ही को हमारी, सकल प्रजा जिने आप सवारी। सेवकन को शिव गुण सुख दियो, सतरन को पल मोहबत कियो। कट कट के अंतर की जानत, भले बुरे की पीर पछानत। चीटी ते कुंजर अस्तोला, सब पर कृपा दृष्ट कर भोला। संतन दुख पाए ते दुखी, सुख पाए साधन के सुखी। एक एक की पीर पछान है, कट कट के पट पट की जान है। जब उदकर्ष करा कर तारा, प्रजा तर्क तब दे अपारा। जब अकर्क करत कब, जेते बदन श्रेष्ठ सब दार है। आप आपने बोझ उतार, तुम सब ही ते रहत निरालम। भेद भेद अरे आलम, निरंकार निर्विकार निर्लम। आद अनिल अनाद असंभ, तांका मूढ़ उचार तुभेदा। जाको पेवन पाप तुभेदा, तांको कर्पान अनमान। महामूढ़ कछ भेद न जाने, महादेव को कहत सदा शिव। निरंकार
ਕਾਰ ਕਾ ਚੇਨਤ ਨੈ ਪੈ ਆਪ ਆਪਣੀ ਬੁਧ ਹੈ ਜੇ ਜੀ ਪਿੰਨ ਪਿੰਨ ਤੁਮਰਾ ਲਖਾ ਨ ਜਾਇ ਪਸਾਰਾ ਕੁਛ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਪਯੋ ਰਾਵ ਕੈ ਕੋਪਾ ਅੰਡਜ ਜੇ ਰਜ ਸੇ ਤਜ ਕੀਨੇ ਕੁਛ ਖਾਨ ਬਹੁ ਰਚ ਦੇ ਕਹੂੰ ਕੋਲ ਰਾਜਾ ਹਵ ਬੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸੇ ਅੰਭਵ ਅਵਰਛਾ ਮੇਰੀ ਤੁਮ ਕਰੋ ਦੁਸ਼ਟ ਜਿਤੇ ਉਠਵਤੇ ਉਤਪਾਤਾ ਸਗਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਝ ਤਵ ਸਰਣੀ ਪਰੈ ਕਹਿ ਦੁਸ਼ਟ ਦੁਖਤ ਹਵ ਮਰੈ ਉਰਖ ਜਵਨ ਪਗ ਪਰੇ ਤਿਹਾਰੇ ਤਿਨ ਕਹਿ ਤੁਮ ਸੰਕਟ ਸਭ ਜੋ ਕਲ ਕੋ ਇੱਕ ਵਾਰ ਰੱਛਾ ਹੋਈ ਤਾਏ ਸਭ ਕਾਲਾ ਅਰਿਸ਼ਟ ਕਰੇ ਤਤ ਕਾਲਾ ਕਿਰਪਾ ਦ੍ਰਿਸ਼ਟਨ ਜਾਏ ਨਿਹਰੋ ਆਕੇ ਤਾਪ ਤਨਗਮੋ ਹਰੋ ਉਰੇ ਤੁਸੀਂ ਕਰਮ ਸਭ ਹੋਈ ਦੁਸ਼ਟ ਛਾ ਛੈ ਸਕੇ ਨ ਕੋਈ ਇੱਕ ਵਾਰ ਜਿਨ ਤੁਮੇ ਸੰਭਾਰਾ ਪਾਸ ਤੇ ਤਾਏ ਜਿਨ ਨਰ ਨਾਮ ਤੇ ਹਾਰੋ ਕਹਾ ਦੁਸ਼ਟ ਲੋਕ ਤੇ ਰਹਾ ਖੜਗ ਕੇ ਤੁਮੈ ਸਰਨ ਤਿਹਾਰੀ ਹੱਥ ਦੇ ਲਿਓ ਉਬਾਰੀ ਸਰਬ ਡੋਰ ਮੋ ਸਹਾਈ ਦੁਸ਼ਟ ਲੋਕ ਤੇ ਲਿਓ ਬਚਾਈ ਖੜਗ ਕੇ ਤੁਮੈ ਸਰਨ ਤਿਹਾਰੀ ਹੱਥ ਦੇ ਲਿਓ ਉਬਾਰੀ ਸਰਬ ਡੋਰ ਮੋ ਸਹਾਈ ਦੁਸ਼ਟ ਲੋਕ ਤੇ ਲਿਓ ਰਾਮ ਕਲੀ ਮੁਹੱਲਾ ਤੀਜਾ ਆਨੰਦ ਕਿਉਂ ਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇ ਕੀ ਮਨ ਵਜੀਆਂ ਵਾਧਾਇਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਸਾਰਨਾ ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਘਰ ਤਾਂ ਤੇਰੇ ਸਭ ਕੁਛ ਹੈ ਜਿਵੇਂ ਸੁਭਾਰੇ ਸੱਚੇ ਸਹਿਬ ਕਿਆ ਨਾਈ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਸਾਨ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ
ਵਚਤ ਘਰ ਸਭਾਗੇ ਘਰ ਸਭਾਗੇ ਸਬਦ ਵਾਜੇ ਕੱਲਾ ਜਿਤ ਕਰਤਾਰੀਆਂ ਪੰਜ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਸਗਲ ਸੂਰੇ ਪੁਨੀਤ ਕਹਤੇ ਪਵਿ ਸਤਿਗੁਰ ਰਿਹਾ ਭਰਪੂਰੇ ਬਿਨਵੰਦ ਨਾਨਕ ਗੁਰ ਚਰਨ ਲਾਗੇ ਵਾਜੇ ਅਣਹ ਧੁਰੇ ਸਲੋਕ ਪਾਵਣ ਗੁਰੂ ਪਾਣੀ ਪਿਤਾ ਚੰਗਿਆਈਆਂ ਬੁਰਿਆਂ ਆਈਆਂ ਵਾਚੇ ਧਰਮ ਹਜ਼ੂਰ ਕਰਮੀ ਆਪੋ ਆਪਣੇ ਜਿਨੀ ਨਾਮ ਧਿਆਇਆ ਜਿਨੀ ਨਾਮ ਧਿਆਇਆ ਜਿਨੀ ਨਾਮ ਧਿਆਇਆ ਜਿਨੀ ਨਾਮ ਧਿਆਇਆ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਜਦਾ ਕਰਨਾ ਇੱਕ ਰਸੂਲ ਹੋ ਗਿਆ ਦਰ ਤੇਰੇ ਆ ਕੇ ਸਜਦਾ ਕਰਨਾ ਇੱਕ ਰਸੂਲ ਹੋ ਗਿਆ ਦੁਨੀ
दुनियादारी दा मसला ता हुन फिजूल हो गया दुनियादारी दा मसला ता हुन फिजूल हो गया तू कितियां ने रहमता दिया बारिशां इस तरह कितियां ने रहमता दिया बारिशां इस तरह तैनू सीस निवाना मैनू बस कबूल हो गया तैनू सीस निवाना मैनू बस कबूल हो गया शुक्राना मतलब दी इस दुनिया दे विच तेरा साया ही हम साया मतलब दी इस दुनिया दे विच तेरा साया ही हम साया शुक्राना शुक्राना गुरु जी तेरा शुक्राना शुक्र
ਮੈਂ ਤੇਰਾ ਸ਼ੁਕਰਾਨਾ ਗੁਰੂ ਜੀ ਤੇਰਾ ਸ਼ੁਕਰਾਨਾ ਹਰ ਸਵਾਸ ਦਾ ਸ਼ੁਕਰਾਨਾ ਅਹਿਸਾਸ ਦਾ ਸ਼ੁਕਰਾਨਾ ਹਰ ਚੀਜ਼ ਜੋ ਤੁਸੀਂ ਦਿੱਤੀ ਹੈ ਰੀਝਾਂ ਵੀ ਪੂਰੀਆਂ ਕੀਤੀਆਂ ਨੇ ਜੋ ਨਹੀਂ ਵੀ ਮਿਲ ਪਾਇਆ ਹੈ ਫਿਰ ਵੀ ਹੌਸਲਾ ਵਧਾਇਆ ਹੈ ਦੁੱਖ ਦੂਰ ਕਰਨ ਦਾ ਸ਼ੁਕਰਾਨਾ ਕੋਲ ਰੱਖਣ ਦਾ ਸ਼ੁਕਰਾਨਾ ਕੋਲ ਬੁਲਾਉਣ ਦਾ ਸ਼ੁਕਰਾਨਾ ਸ਼ੁਕਰਾਨਾ ਸਤਸੰਗ ਕਰਵਾਉਣ ਦਾ ਸ਼ੁਕਰਾਨਾ ਲੰਗਰ ਪ੍ਰਸ਼ਾਦ ਦਾ ਸ਼ੁਕਰਾਨਾ ਹਰ ਸਵਾਦ ਦਾ ਸ਼ੁਕਰਾਨਾ ਹੱਥ ਜੋੜ ਕੇ ਸ਼ੁਕਰਾਨਾ ਹਰ ਵਾਰ ਦਾ ਸ਼ੁਕਰਾਨਾ ਸੋ ਵਾਰ ਦਾ ਸ਼ੁਕਰਾਨਾ ਤੇਰੇ ਪਿਆਰ ਦਾ ਸ਼ੁਕਰਾਨਾ ਸਜਦਾ ਕਰਨਾ ਇੱਕ ਅਸੂਲ ਹੋ ਗਿਆ ਦਰ ਤੇਰੇ ਆ ਕੇ ਜੈ ਗੁਰੂ ਜੀ ਕੀ ਅਬ ਹਮ ਮੰਤਰ ਜਾਪ ਕਰੇਂਗੇ ਓ oh.
गुरु जी सदा सहा। नमः शिव जी सदा जय गुरु जी की।